ਸੁਣਿਓ ਜੇ ਸੁਣ ਗਏ ਬੇੜੇ ਪਾਰ ਨੇ ਇਸ਼ਕ ਦੇ ਰੋਗ ਦਾ ਕਿੱਥੇ ਨੀ ਦਾਰੂ ਦਾਰੂ ਇਸ਼ਕ ਦੇ ਰੋਗ ਦਾ ਕਿੱਥੇ ਨੀ ਦਾਰੂ ਇਸ ਇਸ਼ਕ ਦੇ ਰੋਗ ਬਲੇ ਅਕਲਾਂ ਸ਼ਕਲਾਂ ਵਾਲੇ ਅਕਲਾਂ ਸ਼ਕਲਾਂ ਵਾਲੇ ਕੀਤੇ ਇਸ਼ਕ ਨੇ ਕਮਲੇ ਚੱਲੇ ਰੁਸਵਾਈਆਂ ਤੇ ਖੁਆਰੀਆਂ ਬਾਹਾਂ ਚੋਂ ਯਾਰ ਕੁਝ ਨੀ ਇਸ਼ਕ ਦੇ ਪੱਲੇ ਉਹ ਕਰ ਹੋਏ ਬਰਬਾਦ ਜੁਵਰਾਜ ਸਾਈਂ ਜੀ ਜੋ ਕਰ ਇਸ਼ਕ ਨੇ ਪੱਲੇ ਸਾਈਆਂ ਜੋ ਕਰ ਇਸ਼ਕ ਨੇ ਕਹਿੰਦਾ ਜੇ ਫਕੀਰੀ ਵਾਲਾ ਨਜ਼ਾਰਾ ਦੇਖਣਾ ਫਿਰ ਦੂਰ ਹੋ ਕੇ ਬਹਿ ਕੇ ਦੇਖ ਫਿਰ ਨੇੜੇ ਆਉਣ ਦੀ ਜ਼ਰੂਰਤ ਨਹੀਂ ਜੇ ਕੰਮ ਰਾਸ ਆਵੇ ਤੇ ਇਸ ਧੁਖਦੀ ਅੱਗ ਦੇ ਵਿੱਚ ਵੜ ਜਾਈ ਨਹੀਂ ਤੇ ਦੂਰ ਹੋ ਕੇ ਬੈਠਾ ਨਹੀਂ ਸੁਣ ਕੀ ਕਹਿੰਦਾ ਵੇਖੀ ਜਾ ਪਰ ਛੇੜੀ ਨਾ ਵੇਖੀ ਜਾ ਪਰ ਛੇੜੀ ਨਾ ਵੇਖੀ ਜਾ ਪਰ ਛੇੜੀ ਨਾ ਵੇਖੀ ਜਾ ਵੇਖੀ ਜਾ ਵੇਖੀ ਜਾ ਵੇਖੀ ਜਾ ਪਰ ਛੇੜੀ ਨਾ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ ਮਸਤ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ ਮਸਤ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ ਮਸਤ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਵੇਖੀ ਜਾ ਪਰ ਛੇੜੀ ਨਾ ਵੇਖੀ ਜਾ ਪਰ ਛੇੜੀ ਨਾ ਓ ਇਸ਼ਕ ਚੀਜ਼ ਹੈ ਮਸਤ ਮਸਤ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਵੇਖੀ ਜਾ ਪਰ ਛੇੜੀ ਨਾ ਆ ਵੇਖੀ ਜਾ ਪਰ ਛੇੜੀ ਨਾ ਹੀਰ ਦੀ ਖਾਤਰ ਰਾਜੇ ਨੇ ਸੀ
ਬਾਬੇ ਬੁੱਲੇ ਸ਼ਾਹ ਨੂੰ ਹੋਇਆ। ਬਾਬਾ ਬੁੱਲੇ ਸ਼ਾਹ ਆਪਣੀ ਯਾਰ ਦੇ ਮੂਹਰੇ ਨੱਚ ਰਿਹਾ ਪੈਰਾਂ ਵਿੱਚ ਘੁੰਗਰੂ ਪਾ ਕੇ। ਇਸੇ ਤਰ੍ਹਾਂ ਬਾਬਾ ਫਰੀਦ ਆਪਣੇ ਮੁਰਸ਼ਦ ਦੇ ਕਦਮਾਂ ਵਿੱਚ ਗਿਆ ਦਿੱਲੀ, ਯਾਨੀ ਕਿ ਖਵਾਜਾ ਸਾਹਿਬ ਦੇ ਕਦਮਾਂ ਵਿੱਚ। ਬਾਬਾ ਫਰੀਦ ਖਵਾਜਾ ਸਾਹਿਬ ਸਰਕਾਰ ਨੂੰ ਕਹਿੰਦੇ, ਸਰਕਾਰ ਮੈਂ ਆਇਆ। ਖਵਾਜਾ ਸਾਹਿਬ ਕਹਿੰਦੇ, ਫਰੀਦਾ ਓਏ ਚੰਗਾ ਹੋ ਗਿਆ ਤੂੰ ਆ ਗਿਆ, ਸਾਨੂੰ ਪਾਣੀ ਗਰਮ ਕਰਕੇ ਨਹੀਂ ਸੀ ਕੋਈ ਦੇਣ ਵਾਲਾ। ਬਾਬਾ ਫਰੀਦ ਕਹਿੰਦਾ, ਹਜ਼ੂਰ ਮੈਂ ਪਾਣੀ ਗਰਮ ਕਰਕੇ ਦਿਆ ਕਰੇਗਾ, ਹੁੱਕਾ ਤਾਜ਼ਾ ਕਰਕੇ ਦਿਆ ਕਰੇਗਾ, ਬਸ ਮੇਰੇ ਤੇ ਮਿਹਰ ਰੱਖਿਓ। ਹਰ ਰੋਜ਼ ਉੱਠਦਾ ਪਾਣੀ ਗਰਮ ਕਰਕੇ ਦੇ ਦਿੰਦਾ, ਹੁੱਕਾ ਤਾਜ਼ਾ ਕਰਕੇ ਦੇ ਦਿੰਦਾ। ਇੱਕ ਦਿਨ ਵੇਖਿਆ ਓਏ ਧੂਣੇ ਵਿੱਚ ਅੱਗ ਹੈ ਨਹੀਂ, ਹੁਣ ਪਾਣੀ ਕਿਵੇਂ ਗਰਮ ਕਰਾਂ, ਹੁੱਕਾ ਕਿਵੇਂ ਤਾਜ਼ਾ ਕਰਾਂ। ਸਰਕਾਰ ਦੇ ਉੱਠਣ ਦਾ ਸਮਾਂ ਹੋ ਗਿਆ। ਉਹਨੂੰ ਦੂਰ ਇੱਕ ਦੀਵਾ ਬਣਦਾ ਨਜ਼ਰ ਆਇਆ, ਉਹ ਘਰ ਇੱਕ ਪੇਸ਼ਵਾ ਦਾ, ਉਹ ਘਰ ਇੱਕ ਕੋਠਾ, ਇੱਕ ਕੰਜਰੀ ਦਾ ਕੋਠਾ। ਬਾਬਾ ਫਰੀਦ ਉੱਥੇ ਗਿਆ, ਆਵਾਜ਼ ਮਾਰੀ, ਬੀਬੀ। ਉਹ ਉਤਰ ਗਿਆ ਇਸ ਚੁਬਾਰੇ ਚੋਂ, ਕੋਈ ਨਾ ਕੋਈ ਗੱਲ। ਕਹਿਣ ਲੱਗੀ, ਬਾਬਾ ਓਏ ਮੇਰੇ ਕੋਠੇ ਤੇ ਦੁਨੀਆ ਦੇ ਛਾਂਟੇ ਹੋਏ ਲੋਕ ਆਉਂਦੇ ਆ, ਤੂੰ ਕਿੱਥੋਂ ਰਸਤਾ ਫੜ ਲਿਆ। ਬਾਬਾ ਫਰੀਦ ਕਹਿੰਦਾ, ਬੀਬੀ ਮੈਨੂੰ ਅੱਗ ਚਾਹੀਦੀ ਆ, ਮੈਨੂੰ ਅੱਗ ਚਾਹੀਦੀ ਆ। ਉਹ ਬੀਬੀ ਕਹਿੰਦੀ, ਬਾਬਾ ਅੱਗ ਤੇ ਬਹੁਤ ਆ ਪਰ ਮਹਿੰਗੀ ਬੜੀ। ਮਹਿੰਗੀ ਕੀ ਪਾ? ਉਹ ਬੀਬੀ ਕਹਿੰਦੀ, ਬਾਬਾ ਇੱਕ ਕੋਲਾ ਇੱਕ ਅੱਖ ਬਦਲੇ ਮਿਲਦਾ, ਲੈਣੀ ਆ? ਬਾਬਾ ਫਰੀਦ ਕਹਿੰਦਾ, ਕੋਈ ਮਹਿੰਗੀ ਨਹੀਂ, ਲਿਆ ਛੁਰੀ ਫੜਾ। ਛੁਰੀ ਫੜੀ, ਇੱਕ ਅੱਖ ਕੱਢ ਕੇ ਦੇ ਦਿੱਤੀ। ਪਰ ਬਾਬੇ ਫਰੀਦ ਨੂੰ ਇਹ ਨਹੀਂ ਪਤਾ ਮੇਰਾ ਇਮਤਿਹਾਨ ਹੋ ਰਿਹਾ, ਪੀਰ ਬਣਨਾ ਕੋਈ ਸੌਖਾ ਨਹੀਂ ਆ। ਕੋਲਾ ਲੈ ਕੇ ਤੁਰ ਪਿਆ, ਜਿਵੇਂ ਬਾਹਰ ਨਿਕਲਿਆ ਨਾ, ਬਾਹਰ ਬਾਰਿਸ਼ ਹੋਣ ਲੱਗੀ, ਕੋਲਾ ਬੁੱਝ ਗਿਆ। ਫਿਰ ਉਸ ਬੀਬੀ ਦੇ ਘਰ ਗਿਆ, ਆਵਾਜ਼ ਮਾਰੀ, ਬੀਬੀ ਅੱਗ ਚਾਹੀਦੀ ਹੈ। ਉਹ ਕਹਿੰਦੀ, ਬਾਬਾ ਉਸੇ ਹੀ ਭਾਅ ਮਿਲਣੀ ਆ। ਕੋਈ ਗੱਲ ਨਹੀਂ, ਲਿਆ ਛੁਰੀ ਫੜਾ। ਛੁਰੀ ਫੜੀ, ਇੱਕ ਅੱਖ ਦੂਜੀ ਵੀ ਕੱਢ ਕੇ ਦੇ ਦਿੱਤੀ। ਕੋਲਾ ਲੈ ਕੇ ਤੁਰ ਪਿਆ, ਜਾਂਦਾ ਜਾਂਦਾ ਆਪਣੇ ਯਾਰ ਨੂੰ ਮੁਖਾਬਤ ਕਰਕੇ ਕਹਿੰਦਾ, ਇੱਕ ਤੇਰੀ ਅੱਗ ਬਦਲੇ, ਓਏ ਇੱਕ ਤੇਰੀ ਅੱਗ ਬਦਲੇ ਤੂੰ ਨੈਣ ਕੰਜਰਾਂ ਘਰ ਵਿੱਚ। ਮੈਂ ਸੋਚ
ਸੱਜਦਾ ਤੁਹਾਡੀਆਂ ਵੀ ਅੱਖਾਂ ਖਰਾਬ ਨਾ ਹੋ ਜਾਣ। ਕਿਉਂ? ਕਿਉਂਕਿ ਇਸ਼ਕ ਸੱਚਾ ਸੀ। ਕਿਤੇ ਮੁਰਸ਼ਦ ਇਹ ਨਾ ਕਹਿ ਦੇਵੇ ਓਏ ਤੂੰ ਅੱਖਾਂ ਦੇ ਕੇ ਆ ਜਾ, ਪਰ ਉਹ ਜਾਣੀ ਜਾਣ ਸੀ। ਖਵਾਜਾ ਸਾਹਿਬ ਕਹਿੰਦੇ ਫਰੀਦਾ ਓਏ ਜੇ ਅੱਖਾਂ ਆਈਆਂ ਹੋਈਆਂ ਤੇ ਯਾਰਾ ਪੱਟੀ ਖੋਲ ਦੇ। ਜਦੋਂ ਪੱਟੀ ਖੋਲੀ ਅੱਖਾਂ ਅੱਗੋ ਨਾਲੋਂ ਵੀ ਮੋਤੀਆਂ। ਯਾਰ ਦੀ ਖਾਤਰ ਇਸ਼ਕ ਵਿੱਚ ਆ ਕੇ ਦੋ ਨੈਣ ਵੀ ਦੇਣੇ ਪਏ। ਇਸ਼ਕ ਕਰਨਾ ਹੈ ਇਹਦੇ ਨਾਲ ਸੱਚਾ ਕਰੋ, ਨਹੀਂ ਤਾਂ ਵੇਖੀ ਜਾ ਪਰ ਛੇੜੀ ਨਾ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ।
ਕਰਕੇ ਨਹੀਂ ਕਰ ਰਿਹਾ, ਮੈਂ ਨਮਾਜ਼ ਵੀ ਅਦਾ ਕਰਕੇ। ਮੈਂ ਕਿਹਾ ਸੀ ਆਪਣੇ ਆਪ ਨਾਲ ਵਾਅਦਾ ਕੀਤਾ ਸੀ, ਜਿਹੜਾ ਪਹਿਲੇ ਮਿਲ ਗਿਆ ਉਹਨੂੰ ਗੁਰੂ ਬਣਾਉਣਾ। ਆਪਣੇ ਮੂੰਹ ਦੇ ਚਮੇੜਾ ਮਾਰ ਕੇ ਕਹਿੰਦਾ ਨਹੀਂ ਓਏ, ਜੋ ਜ਼ਬਾਨ ਕਰਨੀ ਮੁੱਕਰੀ ਨਾ, ਜਾ ਕੇ ਉਹਨਾਂ ਮਹੰਤਾਂ ਦੇ ਵਿੱਚ ਜਿਹੜਾ ਮੁੱਖ ਮਹੰਤ ਸੀ ਵੱਡੀ ਉਮਰ ਦਾ, ਉਹਦੇ ਪੈਰਾਂ ਨੂੰ ਪੈ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ, ਅੱਜ ਤੋਂ ਤੁਸੀਂ ਮੇਰੇ ਗੁਰੂ, ਮੈਂ ਤੁਹਾਡੇ ਚੇਲਾ। ਉਹ ਕਹਿੰਦੇ ਭਾਈ ਅਸੀਂ ਤੇ ਆਪ ਮੰਗ ਕੇ ਟਾਈਮ ਪਾਸ ਕਰਦੇ ਹਾਂ, ਅਸੀਂ ਤੇਰੇ ਗੁਰੂ ਨਹੀਂ ਹੋ ਸਕਦੇ। ਕਹਿੰਦਾ ਨਾ, ਇਸ ਦੇਹੀ ਨੇ ਤੈਨੂੰ ਗੁਰੂ ਬਣਾ ਲਿਆ। ਅੱਛਾ ਚਲੋ, ਜਿਵੇਂ ਤੇਰੀ ਮਰਜ਼ੀ। ਹੁਣ ਢੋਲ ਵਾਜਿਆਂ ਦੇ ਨਾਲ ਆਪਣੇ ਗੁਰੂ ਨੂੰ, ਆਪਣੇ ਪੀਰ ਨੂੰ ਆਪਣੇ ਘਰੇ ਲੈ ਕੇ ਆ ਰਿਹਾ। ਆ ਕੇ ਕਹੇ ਸੋਫੇ ਗੱਦੇ ਲਾ ਕੇ ਉਹਨੂੰ ਬਿਠਾਇਆ, ਢੋਲ ਵਾਜੇ ਵੱਜੇ, ਲੰਗਰ ਤਿਆਰ ਹੋ ਗਏ, ਰਿਸ਼ਤੇਦਾਰ ਲਾਂਤਾਂ ਪਾਉਣ ਲੱਗੇ। ਉਹ ਕਹਿੰਦੇ ਅਜੇ ਵੀ ਸਮਾਂ, ਇਹਨਾਂ ਮਹੰਤਾਂ ਨੂੰ ਛੱਡ ਦੇ, ਇਹਨਾਂ ਨੂੰ ਗੁਰੂ ਨਾ ਬਣਾ, ਗੁਰੂ ਬਣਾਉਣਾ ਤੇ ਗਿਆਰਵੀਂ ਵਾਲੀ ਸਰਕਾਰ ਕੋਲ ਜਾ। ਉਹ ਕਹਿੰਦਾ ਨਾ, ਜਿਹਨੂੰ ਬਣਾ ਲਿਆ ਬਣਾ ਲਿਆ, ਗੁਰੂ ਮਾਣਾ ਨਹੀਂ ਹੁੰਦਾ, ਇਹ ਮੇਰੀ ਸੋਚਣੀ ਦਾ ਫਰਕ ਆ। ਕੀ ਹੋਇਆ, ਅਗਲਾ ਦਿਨ ਚੜਿਆ, ਰਿਸ਼ਤੇਦਾਰਾਂ ਨੇ ਜਿਹਨਾਂ ਨੇ ਕੁੜੀ ਦੇਣੀ ਸੀ ਉਹ ਜਵਾਬ ਦੇ ਕੇ ਦੋਵਾਂ ਨੂੰ, ਕਹਿੰਦੇ ਇਹਨੂੰ ਕੁੜੀ ਦੇਈਏ ਜਿਹਨੇ ਮਹੰਤਾਂ ਨੂੰ ਗੁਰੂ ਬਣਾ ਲਿਆ। ਕਦੇ ਨਹੀਂ ਹੋ ਸਕਦਾ ਗੁਰਪਿਆਰਿਓ। ਅਗਲਾ ਦਿਨ ਚੜਿਆ, ਗਿਆਰਵੀਂ ਵਾਲੀ ਸਰਕਾਰ ਉਸ ਪਿੰਡ ਜਾ ਰਹੇ ਆ, ਉਸ ਨਗਰ ਜਾ ਰਹੇ ਆ। ਹੁਣ ਦੇਖਿਓ, ਗਿਆਰਵੀਂ ਵਾਲੀ ਸਰਕਾਰ ਦੀ ਸਵਾਰੀ ਆ ਰਹੀ ਹੈ ਇਧਰੋਂ, ਇਧਰੋਂ ਗਿਆਰਵੀਂ ਵਾਲੀ ਸਰਕਾਰ ਆ ਰਹੇ ਆ। ਸਾਰੇ ਕਹਿੰਦੇ ਉਹਨੂੰ, ਨਿੱਕੇ ਨੂੰ ਕਹਿੰਦਾ ਜਾ, ਗਿਆਰਵੀਂ ਵਾਲੀ ਸਰਕਾਰ ਆ ਰਹੇ ਆ, ਆਪਣੀ ਭੁੱਲਾਂ ਨੂੰ ਬਖਸ਼ਾ ਲੈ। ਉਹ ਕਹਿੰਦਾ ਜ਼ਰੂਰ ਜਾਊਂਗਾ, ਪਰ ਬਖਸ਼ਾਉਣ ਲਈ ਨਹੀਂ, ਆਪਣੇ ਯਾਰ ਨੂੰ ਵੱਡਾ ਕਰਨ ਲਈ। ਇੱਧਰੋਂ ਗਿਆਰਵੀਂ ਵਾਲੀ ਸਰਕਾਰ ਆ ਗਿਆ, ਇੱਧਰ ਫੁੱਲਾਂ ਦੀ ਬਰਸਾਤ ਕਰਦਾ ਹੋਇਆ ਆਪਣੇ ਗੁਰੂ ਕਦੀ ਮੂੰਹ ਕਰਕੇ, ਗਿਆਰਵੀਂ ਵਾਲੀ ਸਰਕਾਰ ਕਦੀ ਪਿੱਠ ਕਰਕੇ ਉਹਨਾਂ ਨੂੰ ਫੁੱਲ ਛੱਡ ਕੇ ਲੈ ਕੇ ਆ ਰਿਹਾ। ਦੁਨੀਆ ਕਹਿੰਦੀ ਇਹ ਮਰੂਗਾ, ਇਹਨੂੰ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ। ਅੱਜ ਗਿਆਰਵੀਂ ਵਾਲੀ ਸਰਕਾਰ ਨੂੰ ਦੁਦਕਾਰਿਆ ਜਾਊਗਾ। ਜਦੋਂ ਫੁੱਲ ਸੁੱਟਦਾ ਸੁੱਟਦਾ ਗਿਆਰਵੀਂ ਵਾਲੀ ਸਰਕਾਰ ਇੱਧਰੋਂ ਆ ਰਿਹਾ, ਉਹ ਇੱਧਰੋਂ ਆ ਰਿਹਾ। ਗਿਆਰਵੀਂ ਵਾਲੀ ਸਰਕਾਰ ਕਹਿੰਦੇ, ਉਹਨੇ ਆ ਕੇ ਕਹਿੰਦੇ ਅਸਲਾਮ ਵਾਲੇਕੁਮ ਸਰਕਾਰ। ਸਰਕਾਰ ਨੇ ਜਵਾਬ ਦਿੱਤਾ ਵਾਲੇਕੁਮ ਸਲਾਮ। ਗਿਆਰਵੀਂ ਵਾਲੀ ਸਰਕਾਰ ਕਹਿੰਦੇ, ਓਏ ਕਹਿੰਦੇ ਤੂੰ ਮੇਰੇ ਵੱਲ ਪਿੱਠ ਕਿਉਂ ਕੀਤੀ ਆ। ਉਹ ਨੌਜਵਾਨ ਕਹਿੰਦਾ ਗਿਆਰਵੀਂ ਵਾਲੀ ਸਰਕਾਰ ਨੂੰ, ਕਹਿੰਦੇ ਸਰਕਾਰ ਮੈਂ ਮਾਫੀ ਚਾਹੁੰਦਾ, ਤੁਸੀਂ ਦੁਨੀਆ ਦੇ ਪੀਰ ਹੋ ਪਰ ਤੁਸੀਂ ਮੇਰੇ ਪੀਰ ਨਹੀਂ ਹੈਗੇ, ਮੇਰਾ ਪੀਰ ਮੇਰੇ ਸਾਹਮਣੇ ਖੜਾ। ਜੇ ਮੈਂ ਤੁਹਾਡੇ ਵੱਲ ਆਪਣਾ ਮੂੰਹ ਕਰ ਲਿਆ ਤੇ ਮੇਰੀ ਪਿੱਠ ਮੇਰੇ ਪੀਰ ਕੰਨੀ ਹੋ ਜਾਊਗੀ, ਇਹ ਗੱਲ ਮੇਰੇ ਤੋਂ ਬਰਦਾਸ਼ਤ ਨਹੀਂ ਹੋਣੀ। ਗਿਆਰਵੀਂ ਵਾਲੀ ਸਰਕਾਰ ਨੇ ਦੂਜੀ ਵਾਰ ਪੁੱਛਿਆ, ਕਹਿੰਦੇ ਆ ਮੇਰੇ ਵੱਲ ਪਿੱਠ ਕਿਉਂ ਕੀਤੀ ਆ। ਕਹਿੰਦੇ ਸਰਕਾਰ ਜਵਾਬ ਹੋਈ ਆ, ਤੁਸੀਂ ਮੇਰੇ ਪੀਰ ਨਹੀਂ, ਮੇਰਾ ਪੀਰ ਇਹ ਹੈ
ਜੇ ਮੈਂ ਤੁਹਾਡੇ ਵੱਲ ਮੂੰਹ ਕਰ ਲਿਆ ਮੇਰੀ ਪਿੱਠ ਮੇਰੇ ਸਰਕਾਰ ਵੱਲ ਹੋ ਜਾਣੀ, ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ। ਸਰਕਾਰ ਨੇ ਤੀਜੀ ਵਾਰ ਪੁੱਛਿਆ, ਉਸ ਨੌਜਵਾਨ ਨੇ ਇਹੀ ਜਵਾਬ ਦਿੱਤਾ। 11ਵੀਂ ਵਾਲੀ ਸਰਕਾਰ ਹੱਸ ਕੇ ਨਾਰਾ ਮਾਰ ਕੇ ਕਹਿੰਦੇ, ਜਾ ਜੇ ਤੇਰਾ ਯਕੀਨ ਇਸ ਪੀਰ ਤੇ ਹੈ, ਅੱਜ ਤੋਂ ਤੂੰ ਵੀ ਬਲੀ ਤੇ ਤੇਰਾ ਪੀਰ ਵੀ ਬਲੀ। ਸਰਕਾਰ ਕਹਿੰਦੇ, ਜਾ ਜੇ ਤੂੰ ਇਹਨੂੰ ਪੀਰ ਬਣਾ ਲਿਆ, ਤੇਰਾ ਯਕੀਨ ਬੋਲਦਾ, ਅੱਜ ਤੋਂ ਤੂੰ ਵੀ ਬਲੀ ਤੇ ਤੇਰਾ ਪੀਰ ਵੀ ਬਲੀ। ਕਈ ਵਾਰੀ ਕੋਈ ਮੁਰੀਦ ਆਪ ਤੇ ਬਲੀ ਹੁੰਦਾ ਹੀ ਹੈ, ਆਪਣੇ ਗੁਰੂ ਨੂੰ ਵੀ ਬਲੀ ਕਰਾ ਜਾਂਦਾ ਹੈ। ਇਸ਼ਕ ਕਰਨਾ ਹੈ ਐਸਾ ਸੱਚਾ ਕਰੋ, ਨਹੀਂ ਤਾਂ ਵੇਖੀ ਜਾ ਪਰ ਛੇੜੀ ਨਾ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ। ਇਸ਼ਕ ਚੀਜ਼ ਹੈ, ਆ ਵੇਖ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ। ਕੀ ਹੋਇਆ, ਫਕੀਰ ਦੀ ਕਦੇ ਗੋਦੜੀ ਨੂੰ ਫਰੋਲੀਏ ਨਾ, ਕੀ ਪਤਾ ਗੋਦੜੀ ਵਿੱਚ ਲਾਲ ਹੋਵੇ। ਫਕੀਰ ਦਾ ਕਦੇ ਮਜ਼ਾਕ ਨਹੀਂ ਕਰਨਾ ਚਾਹੀਦਾ, ਕਿਉਂ ਜੇ ਕਿਸੇ ਦਾ ਮਜ਼ਾਕ ਕਰਦੇ ਨਹੀਂ ਨਾ, ਇਹ ਸਹਿ ਵੀ ਨਹੀਂ ਸਕਦੇ। ਕੀ ਹੋਇਆ, ਇੱਕ ਫਕੀਰ ਤੁਰਿਆ ਆ ਰਿਹਾ, ਆਪਣੇ ਰੱਬ ਨਾਲ ਗੱਲਾਂ ਕਰਦਾ ਆ ਰਿਹਾ। ਇੱਕ ਚੋਰ, ਇੱਕ ਨੌਜਵਾਨ ਚੋਰ, ਸਮਾਂ ਭੱਜਿਆ ਗਿਆ, ਫਕੀਰ ਦੇ ਮੋਢੇ ਤੋਂ ਲੋਈ ਤਾਰ ਕੇ ਭੱਜ ਗਿਆ। ਫਕੀਰ ਨੇ ਆਵਾਜ਼ ਮਾਰੀ, ਕਹਿੰਦਾ ਰੁਕ ਜਾ, ਠੰਡ ਦਾ ਸਮਾਂ, ਅਨਹੱਕ ਮਾਰਿਆ ਜਾਵੇਗਾ, ਉਹ ਇੱਕੋ ਹੀ ਤੇ ਲੋਈ ਆ, ਸਾਡਾ ਕਿਹੜਾ ਇੱਥੇ ਦੁਨੀਆ 'ਤੇ ਕੋਈ ਹੈਗਾ। ਠੰਡ ਦਾ ਸਮਾਂ, ਇਸ ਤਨ ਨੂੰ ਢੱਕ ਲਵਾਂਗੇ, ਦੇ। ਉਹਨੇ ਗੱਲ ਨਹੀਂ ਸੁਣੀ, ਤੁਰਿਆ ਗਿਆ, ਭੱਜ ਗਿਆ। ਫਕੀਰ ਕਹਿੰਦਾ ਕੋਈ ਗੱਲ ਨਹੀਂ। ਫਕੀਰ ਤੁਰਿਆ ਗਿਆ, ਅਗਲੇ ਪਿੰਡ ਪਹੁੰਚ ਗਿਆ, ਕਹਿੰਦੇ ਭਾਈ, ਫਕੀਰ ਜਾਣੀ ਜਾਣ ਸੀ। ਫਕੀਰ ਨੇ ਉੱਥੇ ਕਾਫੀ ਹਜੂਮ ਨੂੰ ਦੇਖਿਆ, ਕਹਿੰਦੇ ਭਾਈ, ਤੁਹਾਡੇ ਪਿੰਡ ਦਾ ਸ਼ਮਸ਼ਾਨ ਘਾਟ ਕਿੱਥੇ ਆ? ਉਹ ਹਜੂਮ ਕਹਿਣ ਲੱਗਾ, ਫਕੀਰਾ ਗੱਲ ਕੀ ਆ? ਕਹਿੰਦਾ ਗੱਲ ਕੋਈ ਨਹੀਂ, ਇੱਕ ਚੋਰ ਮੇਰੀ ਲੋਈ ਲੈ ਕੇ ਭੱਜਿਆ। ਉਹ ਬੰਦੇ ਕਹਿੰਦੇ, ਉਹ ਹੱਸ ਕੇ ਕਹਿੰਦੇ ਫਕੀਰਾ, ਲੋਈ ਤੇਰੀ ਚੋਰ ਲੈ ਗਿਆ, ਤੇ ਰਸਤਾ ਤੂੰ ਸ਼ਮਸ਼ਾਨ ਘਾਟ ਦਾ ਪੁੱਛਦਾ, ਇਹ ਗੱਲ ਬਣੀ ਨਹੀਂ। ਉਹ ਕਹਿੰਦਾ, ਮੈਨੂੰ ਇਹ ਦੱਸੋ ਸ਼ਮਸ਼ਾਨ ਘਾਟ ਕਿੱਥੇ ਆ? ਰੱਬ ਨਾਲ ਗੱਲਾਂ ਕਰਦੇ ਕਰਦੇ ਸ਼ਮਸ਼ਾਨ ਘਾਟ ਦਾ ਰਸਤਾ ਮਿਲ ਗਿਆ, ਜਾ ਕੇ ਸ਼ਮਸ਼ਾਨ ਘਾਟ 'ਚ ਬੈਠ ਗਿਆ। ਬਾਰ ਬਾਰ ਸੂਰਜ ਵੱਲ ਦੇਖਦਾ, ਜਿਵੇਂ ਜਿਵੇਂ ਸੂਰਜ ਢਲਦਾ, ਉੱਧਰ ਉਸ ਨੌਜਵਾਨ ਦੀ ਮੌਤ ਹੋ ਗਈ,
ਉਹਦੀ ਲਾਸ਼ ਨੂੰ ਚੱਕ ਕੇ ਸ਼ਮਸ਼ਾਨ ਕਰ ਲਿਆ। ਅੱਗੇ ਉਹੀ ਫਕੀਰ ਬੈਠਾ ਉਸ ਨੌਜਵਾਨ ਦੇ ਉੱਪਰ, 10-12-20-25 ਲੋਈਆਂ ਦਿੱਤੀਆਂ ਹੋਈਆਂ। ਜਦੋਂ ਉਹਨੂੰ ਸਾੜਨ ਲੱਗੇ, ਫਕੀਰ ਨੇ ਸਾਰੀਆਂ ਲੋਈਆਂ ਨੂੰ ਖੋ ਕੇ ਆਪਣੇ ਉੱਪਰ ਰੱਖ ਲਿਆ। ਕਹਿੰਦਾ ਫਕੀਰ ਦਾ ਮਜ਼ਾਕ ਸਹਿਣ ਨਹੀਂ ਹੁੰਦਾ। ਇੱਕ ਲੋਈ ਮੰਗੀ ਸੀ, 20 ਦੇ ਕੇ ਛੁੱਟਿਆ। ਇੱਕ ਚੋਰੀ ਕੀਤੀ ਸੀ, 20 ਦੇ ਕੇ ਛੁੱਟਿਆ। ਤੇ ਕੀ ਫਾਇਦਾ ਹੋਇਆ, ਆਪਣੀ ਜ਼ਿੰਦਗੀ ਗਵਾ ਕੇ ਬਹਿ ਗਿਆ। ਇਹ ਉਹ ਨੇ ਬਾਬਿਓ, ਫਕੀਰ ਦੇ ਮੂੰਹੋਂ ਨਿਕਲੀ ਗੱਲ ਕਦੇ ਝੂਠ ਨਹੀਂ ਹੁੰਦੀ। ਲੋਕੀ ਉਹਦੇ ਘਰ ਦੇ ਕਹਿੰਦੇ ਆ, ਕਹਿੰਦੇ ਫਕੀਰਾ ਬਖਸ਼ ਦੇ। ਕਹਿੰਦੇ ਨਾ, ਜੇ ਇਹਨੇ ਸਾਡੀ ਨਹੀਂ ਨਾ ਸੁਣੀ, ਹੁਣ ਅਸੀਂ ਇਹਦੀ ਨਹੀਂ ਸੁਣਦੇ। ਉਸ ਫਕੀਰ ਨੂੰ ਤਰਸ ਆਇਆ ਲੋਕਾਂ ਦੇ, ਲੋਕਾਂ ਨੂੰ ਕਹਿੰਦਾ ਆਓ ਦੀਨ ਦੁਨੀਆ ਦੇ ਲੋਕੋ, ਮੈਂ ਤੁਹਾਨੂੰ ਰੱਬ ਨਾਲ ਮਿਲਾ ਦੇਵਾਂ। ਕੋਈ ਨਹੀਂ ਐ ਨਿਕਲ ਕੇ, ਫਕੀਰ ਕਹਿ ਕੇ ਚਲਾ ਗਿਆ। ਇੱਕ ਬੰਦਾ ਪੁੱਛਦਾ, ਫਕੀਰਾ ਤੂੰ ਕੀ ਪੁੱਛਦਾ ਇਹਨਾਂ ਲੋਕਾਂ ਤੋਂ? ਕਹਿੰਦਾ ਮੈਂ ਇਹਨਾਂ ਨੂੰ ਰੱਬ ਕੋਲੋਂ ਬਖਸ਼ਾਉਣਾ ਸੀ, ਕੋਈ ਨਹੀਂ ਆਉਂਦਾ। ਕੋਈ ਗੱਲ ਨਹੀਂ, ਕੁਝ ਸਮਾਂ ਪਿਆ, ਉਹੀ ਫਕੀਰ ਉਸੇ ਸ਼ਮਸ਼ਾਨ ਘਾਟ ਵਿੱਚ ਖੜਾ ਹੋ ਗਿਆ। ਆਹ ਤਾਂ ਨੂੰ ਵੇਖ ਕੇ ਕਹਿੰਦਾ ਬਖਸ਼ ਦੇ। ਇੱਕ ਨੌਜਵਾਨ ਆਇਆ, ਕਹਿੰਦੇ ਫਕੀਰਾ ਅੱਜ ਤੋਂ ਕੁਝ ਸਮਾਂ ਪਹਿਲੇ ਤੂੰ ਪਿੰਡ ਵਿੱਚ ਆਵਾਜ਼ਾਂ ਮਾਰਦਾ ਸੀ, ਅੱਜ ਸ਼ਮਸ਼ਾਨ ਘਰ 'ਚ ਆਵਾਜ਼ਾਂ ਮਾਰਦਾ, ਗੱਲ ਕੀ ਆ? ਫਕੀਰ ਕਹਿੰਦਾ ਗੱਲ ਇਹ ਆ, ਮੈਂ ਕੁਝ ਸਮਾਂ ਪਹਿਲੇ ਇਹਨਾਂ ਲੋਕਾਂ ਨੂੰ ਕਹਿੰਦਾ ਸੀ ਕਿ ਆਓ ਤੁਹਾਨੂੰ ਰੱਬ ਨਾਲ ਮਿਲਾ ਦੇਵਾਂ। ਉਦੋਂ ਰੱਬ ਮੰਨਦਾ ਸੀ, ਉਦੋਂ ਇਹ ਨਹੀਂ ਮੰਨੇ। ਅੱਜ ਇਹ ਮਰ ਗਏ, ਇਹ ਕਬਰਾਂ 'ਚੋਂ ਕਹਿੰਦੇ ਆ ਸਾਨੂੰ ਬਖਸ਼ਾ ਲੈ, ਅੱਜ ਇਹ ਮੰਨਦੇ, ਅੱਜ ਉਹ ਨਹੀਂ ਮੰਨਦਾ। ਅੱਜ ਕਬਰਾਂ 'ਚ ਬੈਠੇ ਇਹ ਮੰਨਦੇ ਆ, ਅੱਜ ਉਹ ਨਹੀਂ ਮੰਨਦਾ। ਇਹ ਸਮਾਂ ਇਸ਼ਕ ਕਰਨਾ ਹੈ ਇਹਨਾਂ ਫਕੀਰਾਂ ਵਾਂਗੂ, ਸੱਚਾ ਕਰੋ, ਨਹੀਂ ਤਾਂ ਵੇਖੀ ਜਾ ਪਰ ਛੇੜੀ ਨਾ। ਇਸ਼ਕ ਚੀਜ਼ ਹੈ, ਆ ਵੇਖੀ ਜਾ ਪਰ ਛੇੜੀ ਨਾ, ਆ ਵੇਖੀ ਜਾ ਪਰ ਛੇੜੀ ਨਾ। ਇਸ਼ਕ ਚੀਜ਼ ਹੈ ਮਸਤ ਮਸਤ, ਸਰਕਾਰ ਨੂੰ ਦਾਵਤ ਦੇ ਕੇ ਆਓ
ਕਿ ਲੁੱਕੀ ਮਿੱਸੀ ਰੋਟੀ ਕੱਲ ਨੂੰ ਸਾਡੇ ਗਰੀਬ ਖਾਣੇ ਖਾ ਲੈਣ। ਉਹ ਕਹਿੰਦਾ ਕੋਈ ਗੱਲ ਨਹੀਂ ਭਾਗਵਾਨ। ਮੁਹੰਮਦ ਸਾਹਿਬ ਦੇ ਕਦਮਾਂ ਵਿੱਚ ਗਿਆ, ਦੁਆ ਫਰਿਆਦ ਕੀਤੀ, ਸੱਚੇ ਪਾਤਸ਼ਾਹ ਤੁਸੀਂ ਸਾਡੇ ਘਰ ਕਦੇ ਨਹੀਂ ਆਏ ਤੇ ਕੱਲ ਨੂੰ ਲੁੱਕੀ ਮਿੱਸੀ ਰੋਟੀ ਸਾਡੇ ਗਰੀਬ ਖਾਣੇ ਖਾ ਲਿਓ। ਮੁਹੰਮਦ ਸਾਹਿਬ ਉਹਦੇ ਕੰਨੀ ਵੇਖ ਕੇ ਹੱਸ ਕੇ ਕਹਿੰਦੇ, ਕਹਿੰਦਾ ਅਸੀਂ ਇਕੱਲੇ ਆਈਏ ਜਾਂ ਪੂਰੀ ਜਮਾਤ? ਕਹਿੰਦੇ ਹਜ਼ੂਰ ਕਿੰਨੇ ਬੰਦਿਆਂ ਦੀ? ਕਹਿੰਦੇ 70 ਬੰਦਿਆਂ ਦੀ। ਕਹਿੰਦਾ ਕੋਈ ਗੱਲ ਨਹੀਂ, 70 ਬੰਦੇ ਆ ਜਾਓ। ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ, ਕਹਿੰਦਾ ਕੱਲ ਨੂੰ 70 ਬੰਦੇ ਆਉਣੇ ਆ, 70। ਭਾਗਵਾਨ ਕਹਿੰਦੀ ਕੋਈ ਗੱਲ ਨਹੀਂ, 70 ਦੇ 70 ਹੀ ਆ ਜਾਣ, ਕੱਲ ਨੂੰ 70 ਆਉਣੇ ਆ, 70 ਬੰਦੇ ਹੋ ਉੱਪਰ 71 ਉਸ ਮੁਰਸ਼ਦ ਦੇ ਪੀਰ ਦੇ ਸਣੇ 71 ਬੰਦੇ ਆਉਣੇ। ਉਹ ਕਹਿੰਦੀ ਕੋਈ ਗੱਲ ਨਹੀਂ, ਆਟਾ ਮਸ਼ੀਨ ਤੋਂ ਲੈ ਆਓ, ਆਟਾ ਚੱਕੀ ਤੋਂ ਲੈ ਆਓ, ਜੇ ਬੱਕਰੀ ਦੀ ਗੱਲ ਆ ਸਾਡੇ, ਜੇ ਸਬਜ਼ੀ ਦੀ ਗੱਲ ਆ ਸਾਡੇ ਘਰ ਬੱਕਰੀ ਹੈਗੀ। ਕਸਾਈ ਨੂੰ ਬੁਲਾਇਆ, ਬੱਕਰੀ ਨੂੰ ਕੱਟ ਰਹੇ ਆ, ਬੱਕਰੀ ਨੂੰ ਜਿਵਾ ਕਰ ਰਹੇ, ਉਹਦੇ ਛੋਟੇ ਛੋਟੇ ਪੀਸ ਕਰ ਰਹੇ ਆ ਸਬਜ਼ੀ ਬਣਾਉਣ ਖਾਤਰ। ਜਦੋਂ ਬੱਕਰੀ ਨੂੰ ਜਿਵਾ ਕਰ ਰਹੇ, ਉਹਦੇ ਦੋ ਲੜਕੇ ਆ, ਭਾਈ ਇਹਨੂੰ ਬਿਠਾਓ ਕੁੜੀ ਨੂੰ, ਹੈਲੋ ਭੈਣੇ ਬਹਿ ਜਾ। ਮੈਂ ਕਿਹਾ ਸੀ ਜਿਹੜੀ ਗੱਲ ਸੁਣਨ ਵਾਲੀ ਉਹ ਸੁਣਨੀ ਨਹੀਂ, ਬਾਕੀ ਇਹ ਵੀ ਤੁਰ ਪਏ, ਕੁਛ ਨਹੀਂ ਲੈ ਕੇ ਜਾਣਾ ਜੇ ਕਰਨਾ ਪੱਲੇ ਪਈ। ਜਦੋਂ ਬੱਕਰੀ ਨੂੰ ਜਿਵਾ ਕਰ ਰਹੇ ਆ, ਉਹਦੇ ਦੋ ਲੜਕੇ ਆ ਸਾਗਤ ਤੇ ਜਾਫਰ, ਦੋਵੇਂ ਨਿੱਕੇ ਨਿੱਕੇ ਕੋਲ ਖੜੇ ਆ, ਬੱਕਰੀ ਨੂੰ ਕੱਢ ਲਿਆ, ਟੱਪ ਵਿੱਚ ਪਾ ਦਿੱਤਾ। ਉਹ ਸਾਗਤ ਤੇ ਜਾਫਰ ਪਤਾ ਕੀ ਕਹਿੰਦੇ? ਕਹਿੰਦੇ ਜਾਫਰ, ਓਏ ਆਪਾਂ ਵੀ ਉਵੇਂ ਕਰੀਏ ਜਿਵੇਂ ਬੱਕਰੀ ਕਰਦੀ ਸੀ। ਦੋਵਾਂ ਬੱਚਿਆਂ ਨੇ ਛੁਰਾ ਛੁਰੀ ਚੱਕੇ, ਕੋਠੇ ਤੇ ਚੜ ਗਏ। ਸਾਗਤ ਲੰਮਾ ਪੈ ਗਿਆ, ਜਾਫਰ ਨੇ ਗੱਲ ਤੇ ਛੁਰੀ ਰੱਖ ਦਿੱਤੀ। ਉਹ ਕਹਿੰਦਾ ਬੱਕਰੀ ਵਾਂਗੂ ਕਰ। ਜਦੋਂ ਉਹਨੇ ਛੁਰੀ ਫੇਰੀ, ਇਹ ਸਿਰ ਧਰ ਤੋਂ ਅਲੱਗ ਹੋ ਗਿਆ, ਬੱਚਾ ਮਰ ਗਿਆ। ਜਦੋਂ ਖੂਨ ਦੂਸਰੇ ਦੇ ਪੈਰਾਂ ਵੱਲ ਆਇਆ, ਉਹ ਘਬਰਾ ਗਿਆ, ਉਹ ਪਿੱਛੇ ਨੂੰ ਤੁਰਨ ਲੱਗਾ, ਪਿੱਛੇ ਕੋਠਾ ਮੁੱਕ ਗਿਆ, ਧੌਣ ਭਰ ਡਿੱਗ ਕੇ ਉਹ ਵੀ ਮਰ ਗਿਆ। ਘਰਵਾਲੀ ਕਹਿੰਦੀ ਆਪਣੇ ਘਰ ਵਾਲੇ ਨੂੰ, ਜਾਓ ਰੋਟੀ ਤਿਆਰ ਆ, ਸਰਕਾਰ ਨੂੰ ਬੁਲਾ ਕੇ ਲਿਆਓ। ਜਦੋਂ ਤੁਰਨ ਲੱਗਾ, ਘਰਵਾਲੀ ਕਹਿੰਦੀ ਰੁਕੋ, ਪਹਿਲੇ ਸਾਗਤ ਦੇ ਜਾਫਰ ਨੂੰ ਲਿਆਓ ਲੱਭ ਕੇ, ਕਿਉਂਕਿ ਸਰਕਾਰ ਨੇ ਜਦੋਂ ਸਾਡੇ ਘਰ ਆਉਣਾ, ਉਹਨਾਂ ਨੇ ਕਹਿਣਾ ਸਾਰਾ ਪਰਿਵਾਰ ਬੈਠੋ, ਤੁਹਾਡੇ ਲਈ ਦੁਆ ਫਰਿਆਦ ਕਰਾਂ, ਤੁਹਾਡੇ ਲਈ ਖਤਮ ਦੁਆ ਪੜਾਂ। ਉਹ ਚਾਰੇ ਪਾਸੇ ਵੇਖਿਆ, ਕਿੱਥੋਂ ਨਹੀਂ ਮਿਲੇ। ਘਰਵਾਲੀ ਕਹਿੰਦੀ ਜਰਾ ਕੋਠੇ ਤੇ ਚੜ੍ਹ ਕੇ ਦੇਖ, ਕਿੱਥੇ ਕੋਠੇ ਤੇ ਨਾ ਖੇਡਦੇ ਹੁਣ। ਜਦੋਂ ਕੋਠੇ ਤੇ ਚੜਿਆ, ਪੁੱਤਰ ਦੀ ਮੌਤ ਵੇਖ ਕੇ ਸੀਨਾ ਫਟ ਗਿਆ। ਓਏ
ਕਾਂ ਵਧਿਆ, ਦੂਜਾ ਵੀ ਮਰਿਆ ਪਿਆ। ਮਲਕ ਦੇ ਨਹੀਂ ਥੱਲੇ ਵਾਲੇ ਬੱਚੇ ਨੂੰ ਚੁੱਕ ਕੇ ਆਪਣੀ ਘਰਵਾਲੀ ਨੂੰ ਛੁਪਾ ਕੇ ਉੱਪਰ ਲੈ ਗਿਆ। ਉੱਪਰ ਦੋਵਾਂ ਦੇ ਉੱਪਰ ਸਫੇਦ ਰੰਗ ਦੀ ਚਾਦਰ ਦੇ ਕੇ ਆ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਕੋਠੇ ਤੇ ਵੀ ਹੈ ਨਹੀਂ। ਆਪਣੀ ਘਰਵਾਲੀ ਨੂੰ ਕਹਿੰਦਾ ਕਹਿੰਦਾ ਭਾਗਵਾਨ ਨੇ ਕੋਠੇ ਤੇ ਵੀ ਨਹੀਂ। ਕਿਉਂ? ਕਿਉਂਕਿ ਔਰਤਾਂ ਦੇ ਮਾਵਾਂ ਦੇ ਦਿਲ ਕਮਜ਼ੋਰ ਹੁੰਦੇ ਆ, ਇਹਨਾਂ ਨੇ ਰੋਣ ਲੱਗ ਜਾਣਾ, ਸਰਕਾਰ ਨੇ ਰੋਟੀ ਨਹੀਂ ਖਾਣੀ। ਇਸ਼ਕ ਸੱਚਾ ਸੀ। ਘਰਵਾਲੀ ਕਹਿੰਦੀ ਕੋਈ ਗੱਲ ਨਹੀਂ, ਜਾਓ ਸਰਕਾਰ ਨੂੰ ਦਾਵਤ ਦੇ ਕੇ ਆਓ, ਆਪੇ ਹੀ ਕਿਧਰੋਂ ਆ ਜਾਣਗੇ। ਜਾ ਕੇ ਦੁਆ ਫਰਿਆਦ ਕੀਤੀ, ਸੱਚੇ ਪਾਤਸ਼ਾਹ ਆ ਜਾਓ, ਰੋਟੀ ਤਿਆਰ ਆ। ਸਤਨਾ ਬੰਦਿਆਂ ਦੀ ਜਮਾਤ ਆ ਗਈ, ਜਿਹੜੇ ਹੋਰ ਨਾਲ ਬੈਠੇ ਸੀ ਉਹ ਵੀ ਆ ਗਏ। ਸਰਕਾਰ ਕਹਿੰਦੇ ਰੋਟੀ ਤਿਆਰ ਆ? ਹਾਂਜੀ ਸਰਕਾਰ ਤਿਆਰ ਆ, ਆਓ ਸਾਰਾ ਪਰਿਵਾਰ ਬੈਠੋ, ਮੈਂ ਤੁਹਾਡੇ ਲਈ ਖਤਮ ਦੁਆ ਪੜਾਂ, ਦੁਆ ਫਰਿਆਦ ਕਰਾਂ। ਦੋਵੇਂ ਮੀਆਂ ਬੀਬੀ ਬੈਠ ਗਏ। ਮੁਹੰਮਦ ਸਾਹਿਬ ਕਹਿੰਦੇ ਘਰ ਵਿੱਚ ਕੋਈ ਹੋਰ ਚੀਜ਼ ਨਹੀਂ? ਕਹਿੰਦੇ ਸਰਕਾਰ ਸਾਡੇ ਦੋ ਲੜਕੇ ਆ, ਪਤਾ ਨਹੀਂ ਕਿਤੇ ਖੇਡਣ ਗਏ ਆ। ਸਰਕਾਰ ਜਾਣੀ ਜਾਣ ਸੀ। ਕਹਿੰਦਾ ਕੋਈ ਗੱਲ ਨਹੀਂ, ਅਸੀਂ ਉਡੀਕ ਲੈਂਦੇ ਹਾਂ, ਪਹਿਲਾਂ ਬੱਚੇ ਲਿਆਓ ਲੱਭ ਕੇ। ਸਾਰੇ ਪਾਸੇ ਵੇਖ ਕੇ ਆਏ, ਕਿਧਰੋਂ ਨਹੀਂ ਮਿਲੇ। ਕਹਿੰਦੇ ਸਰਕਾਰ ਤੁਸੀਂ ਰੋਟੀ ਖਾਓ, ਆਪੇ ਹੀ ਕਿਧਰੋਂ ਆ ਜਾਣਗੇ। ਮੁਹੰਮਦ ਸਾਹਿਬ ਕਹਿੰਦੇ ਉਹ ਜੇ ਤੁਹਾਡਾ ਕਹਿਣਾ ਹੋਵੇ ਅਸੀਂ ਆਵਾਜ਼ ਮਾਰੀਏ। ਕਹਿੰਦੇ ਹਜ਼ੂਰ ਤੁਹਾਡੀ ਮਰਜ਼ੀ। ਸਰਕਾਰਾਂ ਨੇ ਜਲਾਲ ਵਿੱਚ ਆ ਕੇ ਇੱਕ ਹੈਦਰੀ ਨੂੰ ਮਾਰਿਆ। ਜਦੋਂ ਹੈਦਰੀ ਨਾਰਾ ਮਾਰਿਆ, ਬੱਚੇ ਉਧਰੋਂ ਉੱਠ ਕੇ ਭੱਜੇ ਹੀ ਆ ਰਹੇ। ਕਹਿੰਦੇ ਇਹੀ ਹੈ, ਇਹੀ ਬੱਚੇ ਨੇ। ਕਹਿੰਦੇ ਹਜ਼ੂਰ ਹਾਂ। ਕਹਿੰਦੇ ਕਿਹਦੇ? ਕਹਿੰਦੇ ਤੁਹਾਡੇ। ਸਰਕਾਰ ਕਹਿੰਦਾ ਬੈਠੋ, ਤੁਹਾਡੇ ਲਈ ਦੁਆ ਫਰਿਆਦ ਕਰਾਂ। ਜਦੋਂ ਇੰਨੀ ਗੱਲ ਕਹੀ, ਉਹ ਬੱਚੇ ਪਤਾ ਕੀ ਕਹਿੰਦੇ? ਕਹਿੰਦੇ ਹਜ਼ੂਰ ਦੁਆ ਫਰਿਆਦ ਨਹੀਂ ਕਰਨੀ, ਖਤਮ ਦੁਆ ਨਹੀਂ ਪੜਨੀ। ਕਹਿੰਦੇ ਕਿਉਂ? ਕਹਿੰਦੇ ਜਿਵੇਂ ਸਾਨੂੰ ਜਿਉਂਦੇ ਕੀਤਾ, ਉਹ ਬੱਕਰੀ ਵੀ ਜਿਉਂਦੀ ਕਰੋ। ਬੱਚੇ ਕਹਿੰਦੇ ਨਹੀਂ, ਇਸ਼ਕ ਕੱਚਾ ਹੈ, ਕੱਚਾ ਇਸ਼ਕ ਨਹੀਂ ਚਾਹੁੰਦੇ। ਮੁਹੰਮਦ ਸਾਹਿਬ ਹੱਸ ਕੇ ਕਹਿੰਦੇ ਕਹਿੰਦੇ ਮੇਰੇ ਵਿੱਚ ਤਾਕਤ ਸੀ, ਮੈਂ ਤੁਹਾਨੂੰ ਜਿਉਂਦੇ ਕਰ ਦਿੱਤਾ। ਜਾਓ, ਜੇ ਤੁਹਾਡੇ ਵਿੱਚ ਤਾਕਤ ਹੈ, ਬੱਕਰੀ ਨੂੰ ਜਿਉਂਦਾ ਕਰ ਲਓ। ਦੋਵਾਂ ਬੱਚਿਆਂ ਨੇ
ਪੀਰ ਮੁਰਸ਼ਿਦ ਦਾ ਨਾਮ ਲੈ ਕੇ ਅੱਲਾ ਪਾਕ ਨੂੰ ਯਾਦ ਕਰਕੇ ਇੱਕ ਹੈਦਰੀ ਨਾਰਾ ਮਾਰਿਆ, ਉਹ ਟੱਪ ਵਿੱਚੋਂ ਬੱਕਰੀ ਵੀ ਉੱਠ ਕੇ ਖੜੀ ਹੋ ਗਈ ਤਾਂ ਲਿਖਿਆ ਹੈ ਜ਼ਿੰਦਗੀ 'ਚ ਘਾਟੇ ਨਾ ਦੇਖਿਓ, ਫਿਰ ਵਾਧੇ ਵੱਲ ਪੈ ਰਿਹਾ, ਫਿਰ ਦੇਖੀ ਜਾਊਗਾ ਜੋ ਹੋਊਗਾ। ਜਿਉਂਦੇ ਰਹੋ, ਇੰਨੀ ਕੁ ਹਾਜ਼ਰੀ ਕਬੂਲ ਕਰਿਓ।